ਤੋਂ ਅਸੀਂ ਸਕੂਲੋਂ ਵਾਪਸ ਆਏ ਤੇ ਮੰਮਾ ਆਪ ਦਾ ਸੂਟ ਸਿਲਾਈ ਕਰ ਰਹੀ ਸੀ। ਅਸਲਾਮ ਅਲੈਕੁਮ ਪਿਆਰੇ ਤੇ ਪ੍ਰੋ, ਵੈਲਕਮ ਟੂ ਲਾਡਾ ਵਿਲੇਜ ਵਲੌਗਸ। ਅੱਲਾਹ ਤਾਲਾ ਦੇ ਫਜ਼ਲ ਕਰਮ ਨਾਲ ਮੈਂ ਠੀਕ ਠਾਕ ਆ ਤੇ ਉਮੀਦ ਕਰਨੀ ਆ ਤੁਸੀਂ ਵੀ ਠੀਕ ਠਾਕ ਹੋਵੋਗੇ। ਮੇਰੀ ਦੁਆ ਹੈ ਕਿ ਜਿਹੜੇ ਕੋਈ ਭੈਣ ਭਰਾ ਕਿਸੇ ਵੀ ਬਿਮਾਰੀ ਚ ਉਤਰਾ ਨੇ, ਅੱਲਾਹ ਤਾਲਾ ਉਹਨਾਂ ਨੂੰ ਸ਼ਿਫਾ ਦੇਵੇ। ਤੇ ਜਿਹੜੇ ਕੋਈ ਭੈਣ ਭਰਾ ਪਰੇਸ਼ਾਨ ਨੇ, ਅੱਲਾਹ ਤਾਲਾ ਉਹਨਾਂ ਦੀਆਂ ਪਰੇਸ਼ਾਨੀਆਂ ਹੱਲ ਕਰੇ। ਸਦਾ ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ ਤੇ ਆਬਾਦ ਰਹੋ। ਆਮੀਨ ਸੁਮ ਆਮੀਨ। ਵਲੌਗ ਸ਼ੁਰੂ ਕਰਨ ਤੋਂ ਪਹਿਲੇ ਮੇਰੀ ਗੁਜ਼ਾਰਿਸ਼ ਹੈ ਕਿ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਦਾ ਬਟਨ ਦਬਾਉਣਾ ਨਾ ਭੁੱਲਿਆ ਜੇ, ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਤੇ ਚਲੋ ਵਲੌਗ ਸ਼ੁਰੂ ਕਰਦੇ ਹਾਂ। ਅੱਜ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ। ਅੱਜ ਜਦੋਂ ਅਸੀਂ ਸਕੂਲੋਂ ਵਾਪਸ ਆਏ ਤੇ ਮੰਮਾ ਆਪਦਾ ਸੂਟ ਸਿਲਾਈ ਕਰ ਰਹੀ ਸੀ ਤੇ ਮੈਂ ਸਮਝ ਗਈ ਤੇ ਉਦੋਂ ਦੀ ਮੈਂ ਇੰਨੀ ਖੁਸ਼ ਹਾਂ, ਮੇਰੀ ਖੁਸ਼ੀ ਦੀ ਕੋਈ ਇੰਤਹਾ ਨਹੀਂ ਹੈ। ਇੰਨਾ ਮੈਂ ਖੁਸ਼ ਹਾਂ, ਖੁਸ਼ੀ ਨਾਲ ਮੈਂ ਪਾਗਲ ਹੋਈ ਜਾ ਰਹੀ ਹਾਂ ਤੇ ਮੈਂ ਤੁਹਾਨੂੰ ਆਪਦੀ ਖੁਸ਼ੀ ਦੀ ਵਜ੍ਹਾ ਵੀ ਦੱਸਦੀ ਹਾਂ। ਮੈਂ ਪਹਿਲੇ ਮੰਮਾ ਨੂੰ ਚਾਹ ਬਣਾ ਕੇ ਦੇ ਲਵਾਂ, ਫਿਰ ਮੈਂ ਤੁਹਾਨੂੰ ਬਾਅਦ ਚੋਂ ਦੱਸਦੀ ਹਾਂ ਕਿ ਮੈਂ ਕਿਉਂ ਇੰਨੀ ਖੁਸ਼ ਹਾਂ। ਹੁਣ ਮੈਂ ਤੁਹਾਨੂੰ ਆਪਦੇ ਕੱਪੜੇ ਵਿਖਾਨੀ ਆ। ਮੈਂ ਪਹਿਲੇ ਭੈਣ ਭਾਈਆਂ ਨੂੰ ਸਬਕ ਪੜ੍ਹਾ ਲਵਾਂ, ਫਿਰ ਬਾਅਦ ਮੈਂ ਤੁਹਾਨੂੰ ਕੱਪੜੇ ਵਿਖਾਵਾਂਗੀ। ਆ ਜਾ ਆਉਣਾ। ਕਿਹੜਾ ਪਿੰਡ? ਚੱਲ ਕਮਰਾ ਇਮਤਿਹਾਨ। ਅੱਛਾ, ਅਸਲਾਮ ਵਾਲੇਕੁਮ। ਆਪਕੀ ਪਿਆਰੀ ਬੇਟੀ ਅਜੀਬ ਜੀ। ਚਲ ਇਹਨਾਂ ਨੇ ਮੇਰੇ ਕੱਪੜੇ ਨਹੀਂ ਖਾਣੇ। ਤੁਸੀਂ ਵੀ ਵੇਖਦੇ ਹੋਗੇ ਪਿੱਛੋਂ ਜਗ੍ਹਾ ਖਾਲੀ ਹੋ ਗਈ ਹੈ। ਸੁਬਹ ਬਾਰਿਸ਼ ਆ ਰਹੀ ਸੀ ਹਲਕੀ ਹਲਕੀ ਤੇ ਸਰਦੀ ਵੀ ਆ ਗਈ ਹੈ। ਸਾਨੂੰ ਮੰਮਾ ਨੇ ਜਰਸੀਆਂ ਕੱਢ ਦਿੱਤੀਆਂ ਨੇ ਤੇ ਆਪਣਾ ਤਾਂ ਕੋਟ ਵੀ ਪਾ ਲਿਆ ਤੇ ਅਸੀਂ ਹੁਣ ਜਰਸੀਆਂ ਪਾ ਲਈਆਂ। ਫਿਰ ਇੱਥੋਂ ਅਸੀਂ ਚੁੱਲ੍ਹਾ ਚੁੱਕਤਾ ਹੈ, ਹੁਣ ਅਸੀਂ ਆਪਦੇ ਕਿਚਨ 'ਚ ਲੈ ਗਏ ਹਾਂ। ਕਿਚਨ ਸਾਡਾ ਆਮ ਜਿਹਾ ਹੀ ਹੈ, ਸਲੈਬਾਂ ਸਲੂਪਾਂ ਨਹੀਂ ਪਾਈਆਂ ਹੋਈਆਂ, ਆਮ ਜਿਹਾ ਕਿਚਨ ਹੈ। ਇੱਥੋਂ ਚੁੱਕ ਕੇ ਕਿਚਨ 'ਚ ਲੈ ਗਏ ਹਾਂ। ਇੰਨੀ ਤਾਂ ਸਰਦੀ ਆ ਗਈ ਹੈ, ਦੁਪਹਿਰੇ ਵੀ ਥੋੜ੍ਹੀ ਥੋੜ੍ਹੀ ਬਾਰਿਸ਼ ਹੁੰਦੀ ਰਹੀ ਹੈ, ਇਸ ਵਜ੍ਹਾ ਤੋਂ ਫਿਰ ਚੁੱਲ੍ਹਾ ਚੁੱਕ ਕੇ ਤੇ ਅੰਦਰ ਮੰਨ ਰੱਖਦਾ। ਸੁਬਹ ਅਸੀਂ ਨਾਸ਼ਤਾ ਅੰਦਰ ਹੀ ਬਣਾਇਆ ਸੀ ਤੇ ਵੇਖੋ ਹਲੇ ਵੀ ਬਾਦਲ ਹੈ ਨੇ, ਹਲਕੇ ਹਲਕੇ ਬਾਦਲ ਨਹੀਂ ਖਤਮ ਹੋਏ। ਇਹਨੇ ਕਿੱਥੋਂ ਲੈ ਕੇ? ਚੱਲ ਸੁਣਾ। ਬਾਦੀ ਕੀ ਸਾਖਤ ਆਬਾਦੀ ਸਾਖਤ ਸਾਖਤ ਆਬਾਦੀ ਕੀ ਫਸਲੋਂ ਮੇ ਪੈਦਾ ਵਾਸਤੇ ਤੋਂ ਠੀਕ ਆ। ਤੂੰ ਲਿਖ ਕੇ ਦਿਖਾ, ਲਿਖ ਕੇ ਦਿਖਾ। ਮੈਂ ਉਹਦੇ ਕੱਪੜੇ ਦਿਖਾ ਦੂੰ। ਹਾਂ ਛੁੱਟੀ ਹਾਂ ਛੁੱਟੀ ਪੇਪਰ ਤੇ ਆ ਗਈ ਮੈਂ ਕੋਕ ਆਪਦੇ ਆਪ ਦੱਸਦੇ ਤੇ ਦੇਖ ਲਾ। ਹੁਣ ਮੈਂ ਮੰਮਾ ਕੱਪੜੇ ਵਿਖਾਉਣ ਲੱਗੀ, ਹੁਣ ਮੈਂ ਤੁਹਾਨੂੰ ਆਪਦੇ ਕੱਪੜੇ ਵਿਖਾਉਣ ਲੱਗੀ ਆ। ਆ ਵੇਖੋ ਮੇਰਾ ਗੋਟੇ ਵਾਲਾ ਸੂਟ ਸਹੀ ਕਰ ਲਿਆ ਹੈ, ਉਹਦੇ ਥੱਲੇ ਸ਼ਮੀਜ਼ ਲਾ ਕੇ
ਤੇ ਮੇਰੀ ਮੰਮਾ ਨੇ ਆ ਦੁਪੱਟਾ ਵੀ ਇਹਦੇ ਨਾਲ ਲਿਆ ਸੀ ਤੇ ਇਹਦੇ ਨਾਲ ਕੱਪੜਾ ਲਿਆ ਕੇ ਤੇ ਆ ਲਹਿੰਗਾ ਸਿਲਾਈ ਕਰ ਲਿਆ ਇਹ ਸੱਤੀ ਆ ਲਹਿੰਗਾ ਸਿਲਾਈ ਕਰ ਲਿਆ ਤੇ ਨਾਲ ਆ ਪਜਾਮਾ ਆ ਮੇਰਾ ਮਹਿੰਦੀ ਦਾ ਸੂਟ ਹੈ ਤੇ ਮੈਂ ਤੁਹਾਨੂੰ ਆਪਦੀ ਮੈਕਸੀ ਵਿਖਾਣੀ ਆ वेखो मैक्सी दे नाल आ दुपट्टा है ते आ मेरी मैक्सी है आ मेरी मैक्सी है आज मैं इन्नी खुश इस वजह तो सी कि मेरे कपड़े सिलाई हो गए ने पापा दे भी कपड़े सिलाई हो गए ने सैन सैनिया दे पैंटा शर्टा आ गई उन्होंने भी कपड़े पूरे हो गए आमना दे भी हो गए ने सिर्फ मम्मा दे सूट रह गए ने बस फिर साडे शादी दी तैयारियां मुकम्मल हो गई ने अज मैं इसे वजह तो बहुत ज्यादा खुश थी कि मेरे कपड़े मुकम्मल हो गए ने बस मम्मा का एक सूट रह गया तो एक मम्मा का मुकम्मल हो गया बाकी फिर तरपाइया तरपुइया इस्त्री वगैरा रह गए ने फिर एक दिन दे विच कर लवांगे एक दो दिन है गए ने फिर उदो कर लवांगे आ अच्छा मम्मा ने तां बिलकुल सही तह ला के रखे हुए सी ते मैं खोलते ने मम्मा ने कहा सी आ जिहड़े फैंसी फैंसी ने इन्हां नूं तां ज्यादा इस्त्री करन दी जरूरत नहीं गी तुसी कमेंट करके लाजमी दसना है मेरी मैक्सी कैसी लगी मैनू तो भाई बहुत अच्छी लगी है ते मेरे पापा ने भी मैक्सी की बड़ी तारीफ की है भी बहुत प्यारी बनी माशाल्लाह दुपट्टा बहुत लंबा ना दे पापा कहते बेटा बेटा उधर सिर तो दुपट्टा नहीं तेरे उधर नजर मैं कह नहीं पापा सिर तो दुपट्टा नहीं उधर मेरे पापा इस चीज के सब खिलाफ ने कि सिर तो दुपट्टा ना उतरे तो सानू हुने ही समझाता है जिन्हें उत्थे जाके दुपट्टा लाया उन्हें मैं फौरी वापस ले आना सी क्या ठीक है जी दुपट्टा नहीं लाता सिर तो मेरी मम्मा ही ज्यादा कपड़े वगैरह का सारा काम मम्मा करती हुंदी है उन्होंने इस्त्री वगैरह करना मैनू समझ नहीं आ रही तय कैसे करना है मम्मा ही तय वगैरह कर लेंदी हुंदी है ते ज्यादातर जिहड़े हैंग करन वाले होन ओह मैं आप खुद मम्मा दे नाल हैंग करवा देनी हुंदी आ साडे कपड़िया का तो खलारा हो गया बस मम्मा दे कपड़े रह गए ने मम्मा दा भी एक सूट रह गया चप्पला साडियां सारियां दियां आ गईयां सी पापा ने तो नवी लई नहीं है पापा हर बार ऐज करते हैं कभी कपड़े बनाते नहीं इस बार भी असं धक्के बनवाए बनवाए ने भी पापा तुम लाजमी सूट बनवाने तो धक्के तेन सूट लग जाते फिर पापा ने लिया ने सूट तो जुत्ती फिर भी नहीं ली जुत्ती का क्या पापा कहना पुत सूट वादू ने जुत्ती मैं कोई होर पा लवान इस बार पापा ने जैन सन भी जुत्तियां नहीं लैके दतिया और कहते मुंडे जुत्तियां लेंदे होंगे तुम कभी मैंने वेखे मैं जुत्तियां लिया ब्याह से फिर मैं क्या पापा तुम तो कभी कपड़े भी नहीं लै साडे कपड़े तो पाई साड़ी मम्मा ही आपे सिलाई सिलाई कर लेनी होंगी है कभी जरूरत ही नहीं पई दर्जन वगैरह को जान की खुद ही सिलाई कर लेंगे ने भाइयों ने भी खुद ही सिलाई कर लेंगे लेकिन पापा फिर आपने खुद ही दर्जी को सिलवा लेंगे ने भी घर फिर आ सिलाई हो भाइया ने तो इस बार जिद कर ली कि असी तो भाई बस पैंटा शर्टा ही लैनिया नहीं तो अगे होए ना व्याह
ਕੋਈ ਵੀ ਵਿਆਹ ਹੋਏ ਤੇ ਮਮਾ ਇੱਕ ਇੱਕ ਸੂਟ ਸਲਾਈ ਕਰ ਲੈਂਦੀ ਹੁੰਦੀ ਹੈ ਘਰ ਤੇ ਇੱਕ ਇੱਕ ਇਹਨਾਂ ਦੀ ਪੈਂਟ ਸ਼ਰਟ ਆ ਜਾਂਦੀ ਇਸ ਵਾਰੀ ਇਹਨਾਂ ਨੇ ਕਿਹਾ ਪਾਪਾ ਅਸੀਂ ਪੁਰਾਣੀ ਪੈਂਟ ਸ਼ਰਟ ਮਹਿੰਦੀ ਤੇ ਪਾ ਲਵਾਂਗੇ ਤੇ ਰਾਤ ਦੇ ਸਾਨੂੰ ਨਵੀਂ ਚਾਹੀਦੀ ਪਰ ਉਹ ਕਹਿੰਦੇ ਚਲੋ ਠੀਕ ਹੈ ਲਾ ਲਈ ਮਮਾ ਕਹਿੰਦੀ ਚਲੋ ਮੈਂ ਤੁਹਾਨੂੰ ਸਿਲਾਈ ਕਰ ਦਿੰਦੀ ਹਾਂ ਇੱਕ ਇੱਕ ਸੂਟ ਕਹਿੰਦੇ ਨਹੀਂ ਅਸੀਂ ਤਾਂ ਨਹੀਂ ਸਿਲਵਾਉਣਾ ਅਸੀਂ ਇਸ ਵਾਰੀ ਪੈਂਟਾਂ ਸ਼ਰਟਾਂ ਹੀ ਪਾਉਣੀ ਤੇ ਤੁਸੀਂ ਲਾਜ਼ਮੀ ਦੱਸਣਾ ਤੁਹਾਨੂੰ ਮੇਰੇ ਸੂਟ ਕੈਸੇ ਲੱਗੇ ਮੈਨੂੰ ਤਾਂ ਬਹੁਤ ਹੀ ਅੱਛੇ ਲੱਗੇ ਨੇ ਤੇ ਜੀ ਪਿਆਰੇ ਦੇ ਭਰਾਓ ਤੁਹਾਨੂੰ ਸਾਡਾ ਅੱਜ ਦਾ ਵੀਲੋਗ ਕੈਸਾ ਲੱਗਾ ਕਮੈਂਟ ਕਰਕੇ ਲਾਜ਼ਮੀ ਦੱਸਣਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਦਾ ਬਟਨ ਆਪਣਾ ਨਾ ਭੁੱਲਿਆ ਜੇ ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਸਦਾ ਹੱਸਦੇ ਰਹੋ ਵੱਸਦੇ ਰਹੋ ਖੁਸ਼ ਰਹੋ ਤੇ ਆਬਾਦ ਰਹੋ ਆਮੀਨ ਸੁਮਾਮੀਨ ਰੱਬ ਰੱਖਾ।